ਉਹਨਾਂ ਜੀ ਪਹਿਲਾਂ ਮੇਰੀ ਮੰਗਣੀ ਹੋਈ ਹੋਈ ਸੀਗੀ ਉਹ ਟੁੱਟ ਗਈ ਸੀ ਮੰਗਣੀ ਟੁੱਟ ਗਈ ਸੀ ਕਿਉਂ ਉਹ ਪਤਾ ਕੀ ਗੱਲ ਹੈ ਹੁਣ ਨਾ ਉਹ ਮੁੰਡੇ ਦਾ ਵਿਆਹ ਮੇਰੀ ਛੋਟੀ ਭੈਣ ਨਾਲ ਹੋ ਗਿਆ ਪਹਿਲਾਂ ਉਹਦਾ ਵਿਆਹ ਮੇਰੇ ਨਾਲ ਹੁੰਦਾ ਸੀ ਅਸਲ ਦੇ ਵਿੱਚ ਅਸੀਂ ਨਾ ਇੱਕ ਦੂਜੇ ਨੂੰ ਪਸੰਦ ਕਰਦੇ ਸੀਗੇ ਹੁਣ ਵੀ ਕਰਦੇ ਆ ਤੇ ਉਹ ਮੇਰੀ ਬੀਬੀ ਨੇ ਨਾ ਧੱਕੇ ਨਾਲ ਵਿਆਹ ਮੇਰੀ ਛੋਟੀ ਭੈਣ ਦਾ ਕਰਤਾ ਉਹ ਤਾਂ ਕਰਕੇ ਕਰਤਾ ਕਿਉਂਕਿ ਉਹਦੀ ਸਕੀ ਕੁੜੀ ਸੀ ਤੇ ਮੁੰਡੇ ਨੂੰ 25 ਕਿੱਲੇ ਜ਼ਮੀਨ ਦੇ ਆਉਂਦੇ ਸੀਗੇ ਤੇ ਉਹ ਮੁੰਡਾ ਨਾ ਮੈਨੂੰ ਹੁਣ ਉਸੇ ਨੇ ਮੈਨੂੰ ਸਿਖਾ ਕੇ ਭੇਜਿਆ ਵੀ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਤੂੰ ਕਿਵੇਂ ਨਾ ਕਿਵੇਂ ਰਿਸ਼ਤੇ ਨੂੰ ਨਾ ਕਰਦੀ ਹੁਣ ਮੈਂ ਸਿੱਧੇ ਮੱਥੇ ਤਾਂ ਨਾ ਨਹੀਂ ਕਰ ਸਕਦੀ ਹੁਣ ਸਾਰਾ ਕੁ ਤੁਹਾਡੇ ਹੱਥ ਦੇ ਵਿੱਚ ਹੀ ਹੈ ਉਹ ਵਿਆਹ ਤੋਂ ਬਾਅਦ ਫੇਰ ਰੌਲਾ ਪਾਊਗਾ ਆਪਣਾ ਵਿਆਹ ਕਰਵਾਉਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਤੇ ਹੋਰ ਰਹਿਣ ਤੋਂ ਕੰਪਨੀਆਂ ਨੂੰ ਚੱਲ ਮੰਮੀ ਚੱਲੀਏ ਮੈਨੂੰ ਨਹੀਂ ਰਿਸ਼ਤਾ ਮਨਜ਼ੂਰ ਮੈਂ ਪੁੱਤ ਕੀ ਹੋ ਗਿਆ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਝੂਠੇ ਨੇ ਇੱਕ ਨੰਬਰ ਦੇ ਕਿਵੇਂ ਗੱਲ ਕੀ ਹੋਈ ਹੈ ਗੱਲ ਕੀ ਦੱਸਾਂ ਇਹਨਾਂ ਨੂੰ ਸਾਰਾ ਪਤਾ ਹੀ ਹੈ ਇਹਤੋਂ ਪੁੱਛ ਲਓ ਆਪਦੀ ਕੁੜੀ ਤੋਂ ਕੀ ਗੱਲ ਹੋਈ ਹੈ ਨਾ ਪੁੱਤ ਮੇਰੀ ਕੁੜੀ ਤਾਂ ਬਥੇਰੀ ਸਿਆਣੀ ਹੈ ਤਾਂ ਸਾਰਾ ਕੁਝ ਦੱਸਿਆ ਹੋਇਆ ਤੂੰ ਦੱਸ ਪੁੱਤ ਕੀ ਗੱਲ ਬਹੁਤ ਸਿਆਣੀ ਹੈ ਇਹ ਬਹੁਤ ਜ਼ਿਆਦਾ ਸਿਆਣੀ ਹੈ ਨੇ ਦੱਸਤਾ ਮੈਨੂੰ ਸਾਰਾ ਕੁਝ ਨਾ ਜਦੋਂ ਮੈਨੂੰ ਤੁਸੀਂ ਕੱਲ ਦੇਖਣ ਆਏ ਸੀ ਉਦੋਂ ਨਹੀਂ ਦੱਸ ਸਕਦੇ ਸੀ ਵੀ ਇਹਦਾ ਰਿਸ਼ਤਾ ਪਹਿਲਾਂ ਹੋਇਆ ਹੋਇਆ ਸੀ ਤੇ ਟੁੱਟ ਗਿਆ ਹੁਣ ਨਾ ਪੁੱਤ ਇਹ ਕੀ ਗੱਲ ਹੋਈ ਹੈ ਨਾ ਭੈਣ ਜੀ ਅਸਤਾ ਕੋਈ ਰਿਸ਼ਤਾ ਨਹੀਂ ਸੀ ਕੀਤਾ ਮੇਰੀ ਤੇ ਤਾਂ ਕੁਮਾਰੀ ਆ ਕੁਮਾਰੀ ਨਹੀਂ ਤੁਸੀਂ ਦੱਸ ਸਕਦੇ ਸੀਗੇ ਕੱਲ ਜਦੋਂ ਸਾਡੇ ਘਰੇ ਸਾਰਾ ਕੁਝ ਦੇਖਣ ਆਏ ਸੀ ਤੁਸੀਂ ਸਾਨੂੰ ਉਹਦੇ ਗੱਲ ਕਰ ਸਕਦੇ ਸਾਡੇ ਨਾਲ ਬਾਪੂਈ ਅੱਜ ਚੱਜ ਦਾ ਮੰਜਾ ਤਾਂ ਡਾਲਿਆ ਕਰੋ ਸੁੱਖ ਨਾਲ ਐਡਾ ਘਰ ਆਪਣਾ ਏ ਯਾਰ ਇਹ ਹੌਲਾ ਮੰਜਾ ਹੈ ਨਾਲੇ ਬੁੜਿਆਂ ਕੋਲੇ ਤਾਂ ਇਹੋ ਜਿਹੇ ਮੰਜੇ ਹੁੰਦੇ ਨੇ ਜਿੱਥੇ ਮਰਜ਼ੀ ਚੱਕ ਕੇ ਡਾ ਲਈਏ ਅੱਛਾ ਮੈਂ ਤੈਨੂੰ ਕੱਲ ਕੀ ਕਿਹਾ ਸੀ ਕੀ ਕਿਹਾ ਸੀ ਬਾਪੂਈ ਵੀ ਉਹ ਗੁਲਾਬ ਦਾ ਸਾਗਨ ਪੈਣ ਵਾਲਾ ਤੇ ਅੱਛਾ ਅੱਛਾ ਉਹ ਕੋਈ ਗੱਲ ਨਹੀਂ ਬਾਪੂ ਜੀ ਗੁਲਾਬ ਸਾਂਭਲੂਗੀ ਆਪੇ ਓਏ ਉਹ ਤਾਂ ਭੋਲੀ ਹੈ ਕਿਤੇ ਉਹਨੂੰ ਭੁਲੋ ਕੇ ਹੋਰ ਪਾਸੇ ਨਾ ਤੋਰ ਦੇਣ ਨਹੀਂ ਨਹੀਂ ਬਾਪੂ ਜੀ ਮੈਨੂੰ ਪਤਾ ਉਹਦਾ ਕੱਲ ਮੇਰੀ ਗੱਲ ਹੋਈ ਸੀ ਨਾ ਜਦੋਂ ਤੁਹਾਨੂੰ ਦੱਸਿਆ ਸੀ ਮੈਂ ਕਲੱਬੋ ਕਹਿੰਦੀ ਸੀ ਕੋਈ ਨਾ ਮੈਂ ਕੋਈ ਸਕੀਮ ਲਾ ਲੂੰਗੀ ਤੂੰ ਹੁਣ ਕਿੱਥੇ ਜਾਣਾ ਮੈਂ ਤਾਂ ਡਿਊਟੀ ਚੱਲਿਆ ਸੀ ਬਾਪੂ ਜੀ ਓਏ ਡਿਊਟੀ ਜ਼ਰੂਰੀ ਆ ਕੋਈ ਕੰਮ ਜ਼ਰੂਰੀ ਆ ਪਹਿਲੇ ਬਾਪੂ ਜੀ ਜ਼ਰੂਰੀ ਤਾਂ ਉਹੀ ਆ ਪਰ ਉਹਨੂੰ ਜਦੋਂ ਕਲੱਬੋ ਨੇ ਕਹਿ ਦਿੱਤਾ ਸੀ ਵੀ ਤੂੰ ਨਾ ਆਈ ਕਿਉਂਕਿ ਪਿੰਡ ਵਾਲੇ ਪਤਾ 100-100 ਗੱਲਾਂ ਬਣਾਉਂਦੇ ਨੇ ਉਹ ਯਾਰ ਪਿੰਡ ਵਾਲੇ ਤਾਂ ਬਣਾਉਂਦੇ ਹੀ ਰਹਿੰਦੇ ਨੇ ਗੱਲਾਂ ਹੈ ਪਿੰਡ ਵਾਲਿਆਂ ਦੀ ਗੱਲ ਵੱਖਰੀ ਆ ਤੇ ਜਿਹੜੀ ਆਪਣੀ ਗੱਲ ਆ ਉਹ ਵੱਖਰੀ ਆ ਉਹ ਚਲੋ ਕੋਈ ਨਾ ਬਾਪੂ ਜੀ ਗੁਲਾਬ ਉਹ ਕਰ ਲੂਗੀ ਸਾਰਾ ਕੁਛ ਮੈਨੂੰ ਪਤਾ ਉਹਦਾ ਮੈਨੂੰ ਪਿਆਰ ਕਰਦੀ ਹੈ ਨਾ ਉਹ ਕਰ ਲੂਗੀ ਮੇਰੇ ਲਈ ਉਹ ਮੈਂ ਚੱਲਦਾ ਸੀ ਡਿਊਟੀ ਕਰ ਲੂਗੀ ਕਹਿੰਦਾ ਜਦੋਂ ਫਿਰ ਕਿਤੇ ਹੋਰ ਪਾਸੇ ਤੋਰਤੀ ਤੇ ਫਿਰ ਪਛਤਾਊਗਾ ਤੇ ਫਿਰ ਮੇਰੇ ਕੋਲੇ ਬੈਠ ਬੈਠ ਕੇ ਰਹੂਗਾ ਵੀ ਗੁਲਾਬ ਨੂੰ ਹੋਰ ਪਾਸੇ ਤੋਰਤੀ ਉਹ ਵਿਚਾਰੀ ਭੋਲੀ ਆ ਉਹ ਕੀ ਕਰੂਗੀ ਆ ਲਓ ਚਾਹ ਦੀ ਘੁੱਟ ਪੀ ਲਓ ਨਾ ਮੈਂ ਤੁਹਾਨੂੰ ਐ ਪੁੱਛਦੀ ਆ ਉਹ ਮੁੰਡੇ ਨਾਲ ਕੀ ਬੁੜਬੁੜ ਜੀ ਕਰਨ ਲੱਗੇ ਪਏ ਸੀ ਕਿਉਂ ਮੈਂ ਕੀ ਕਹਿਣਾ ਸੀ ਮੁੰਡੇ ਨੂੰ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਂ ਤੁਹਾਨੂੰ 20 ਵਾਰੀ ਆਖਿਆ ਅੱਜ ਮਸਾ ਤਾਂ ਡਿਊਟੀ ਜਾਣ ਲੱਗਿਆ ਤੂੰ ਉਹਨੂੰ ਨੋਕਾ ਟੋਕੀ ਪਹਿਲੇ ਲੱਗ ਜਾ ਕਰਨਾ ਤੜਕੀ ਜਾ ਕੇ ਮੰਜੇ ਮੂਰੇ ਬਹਿ ਜਾਂਦਾ ਬਾਹਰ ਦੇ ਤੂੰ ਇੱਥੇ ਹੀ ਬੈਠੂਗਾ ਇੱਥੇ ਹੀ ਰੋਜ਼ ਹੀ ਇੱਥੇ ਬੈਠਦਾਗਾ ਬਾਹਰ ਦੇ ਮੂਰੇ ਚੱਲ ਬਹਿਣਾ ਤਾਂ ਇਹਨਾਂ ਨੂੰ ਟੋਕ ਤਾਂ ਨਾ ਉਹ ਟੋਕਿਆ ਉਹਨੂੰ ਕੀ ਆ ਮੈਂ ਕੀ ਕਿਹਾ ਉਸ ਨੂੰ ਮੈਂ ਤਾਂ ਕੁਝ ਵੀ ਨਹੀਂ ਕਿਹਾ ਮੈਨੂੰ ਸ਼ੱਕ ਤਾਂ ਪਿਆ ਵੀ ਗੱਲਾਂ ਉਹ ਕੱਲ ਤਾਂ ਨਹੀਂ ਕੱਲ ਵਾਲੀ ਗੱਲ ਤਾਂ ਨਹੀਂ ਦੱਸਤੀ ਕਿਹੜੀ ਗੱਲ ਉਹ ਗੁਲਾਬੋ ਵਾਲੀ ਮੈਂ ਕਿਹਾ ਗੁਲਾਬੋ ਤੋਂ ਮੈਂ ਕੀ ਲੈਣਾ ਗੁਲਾਬੋ ਤੋਂ ਹੈ ਮੈਂ ਤਾਂ ਮੈਨੂੰ ਕੀ ਪਤਾ ਹੈਗਾ ਮੈਨੂੰ ਤਾਂ ਜ਼ਰੂਰ ਸ਼ੱਕ ਪਈ ਆ ਵੀ ਤੂੰ ਗੁਲਾਬੋ ਗੁਲਾਬੋ ਜੀ ਮੈਨੂੰ ਆਵਾਜ਼ ਆਈ ਆ ਉਹ ਤੈਨੂੰ ਤਾਂ ਹੀ ਸ਼ੱਕ ਪੈਂਦਾ ਰਹਿੰਦਾ ਹੈਗਾ ਹਰੇਕ ਗੱਲ ਤੇ ਸ਼ੱਕ ਪਈ ਆ ਸ਼ੱਕਣ ਤਾਂ ਤੂੰ ਹੈਗੀ ਹੋਈ ਆ ਸ਼ੱਕ ਤਾਂ ਮੈਨੂੰ ਆਪੇ ਹੀ ਹੋ ਜਾਂਦਾ ਜੋ ਤੂੰ ਉਹਦੇ ਪੱਖ ਦੀਆਂ ਗੱਲਾਂ ਕਰਦਾ ਮੇਰੇ ਵੀ ਕੀ ਸਾਰੇ ਆ ਲੈ ਪੱਖ ਦੀਆਂ ਗੱਲਾਂ ਹੁਣ ਚੰਗੇ ਬੰਦੇ ਦੀਆਂ ਗੱਲਾਂ ਤਾਂ ਪੱਖ ਦੀਆਂ ਕਰਨੀਆਂ ਹੀ ਪੈਂਦੀਆਂ ਨੇ ਇੰਨੀ ਚੰਗੀ ਆ ਬਹੁਤ ਚੰਗੀ ਆ ਫਿਰ ਪੱਖ ਦੀ ਗੱਲ ਕਰਦੇ ਆ ਤਾਂ ਕੀ ਹੋ ਗਿਆ ਫਿਰ ਨਾ ਜਿਹੜੀ ਆਹ ਵਿਆਹ ਕੇ ਲਿਆਂਦੀ ਇਹ ਮਾੜੀ ਆ ਉਹ ਚੰਗੀ ਆ ਚੰਗੀ ਆ ਤੇ ਪੁੱਤਾਂ ਨੇ ਗਲਾਬੋ ਸਿੱਤੇ ਚੱਕ ਰੱਖੀ ਆ ਉਹ ਤਾਂ ਤੈਨੂੰ ਚੰਗੀ ਲੱਗਦੀ ਆ ਤੈਨੂੰ ਤੂੰ ਫਿਰ ਤੂੰ ਵਰਤੀ ਜਾ ਉਹਦੇ ਨਾਲ ਫਿਰ ਮੈਂ ਤਾਂ ਉਸੇ ਨੂੰ ਨਾਲ ਵਰਤੂੰਗੀ ਵਰਤੇਂਗੀ ਸਾਨੂੰ ਤਾਂ ਚਾਹ ਪਿਆ ਕੇ ਰਾਜੀ ਨਹੀਂ ਉਹ ਜੇ ਚਾਹ ਦਾ ਕਹਿ ਦਿਆ ਤਾਂ ਮੱਥੇ ਤੇ ਤਿਉੜੀਆਂ ਪਤਾ ਕਿੰਨੀਆਂ ਪੈ ਜਾਂਦੀਆਂ ਨੇ ਸੋਡੇ ਆਪਦੇ ਲੱਛਣ ਨਹੀਂ ਉਹ ਸਭ ਜਾਣਦੀ ਆ ਕਿਹੜਾ ਮੈਨੂੰ ਘਰ ਦੇ ਵਿੱਚ ਪਿਆਰ ਕਰਦਾ ਕਿਹੜਾ ਮੈਨੂੰ ਨਫ਼ਰਤ ਕਰਦਾ ਓਏ ਸ਼ਕਲ ਤੋਂ ਪਤਾ ਲੱਗ ਜਾਂਦਾਗਾ ਵੀ ਇਹ ਚਾਹ ਤਨਾਂ ਕੀ ਸੇਵਾ ਕਰਨ ਵਾਲੀ ਆ ਕਿ ਨਹੀਂ ਬਸ ਮੈਂ ਤੈਨੂੰ ਇੱਕ ਗੱਲ ਕਹਿਤਾ ਵੀ ਜਦੋਂ ਹੁਣ ਉਹ ਛੁੱਟੀ ਆ ਨਾ ਦੁਪਹਿਰੇ ਕਿਤੇ ਭਾਂਡਾ ਨਾ ਭੰਨ ਦੇ ਕਿਤੇ ਵੀ ਗੁਲਾਬੋ ਦਾ ਅੱਜ ਸ਼ਗਨ ਹੈਗਾ ਮੈਨੂੰ ਕੀ ਲੋੜ ਆ ਹੈ ਮੈਂ ਕੋ ਦੱਸੂਗਾ ਆਹੋ ਮੈਂ ਕੋਈ ਪਾਗਲ ਆ ਵੀ ਇਹ ਦੱਸਦਾ ਫਿਰੂੰਗਾ ਝੋਸਲਾ ਚਾਹ ਦਾ ਪੁੱਤ ਪੱਚਦੀ ਨਹੀਂ ਗੱਲ ਚਾ ਇਹਦਾ ਨਕੌੜਾ ਨਹੀਂ ਠੀਕ ਆਉਂਦਾ ਇਹ ਤਾਂ ਐਂ ਚੱਲੂਗੀ ਹੈ ਉਹ ਵਿਚਾਰੀ ਦੇ ਪਿੱਛੇ ਪੈ ਰਹੀ ਆ ਓਕੇ ਗੁਲਾਬੋ ਐਂ ਗੁਲਾਬੋ ਐਂ ਉਹ ਕੀ ਕਹਿੰਦੇ ਵਿਚਾਰੀ ਕਿਸੇ ਨੂੰ ਲੈ ਪਤਾ ਨਹੀਂ ਪਿਓ ਤੇ ਕਿੱਧਰ ਨਿਕਲੇ ਨੇ ਗੇ ਮੈਂ ਤਾਂ ਸਾਰੀ ਤਿਆਰੀ ਕਰ ਲਈ ਜੇ ਉਹ ਰਿਸ਼ਤੇਦਾਰ ਆ ਗਏ ਭਲਾ ਉਹਨਾਂ ਨੂੰ ਮੈਂ ਕੀ ਜਵਾਬ ਦੇਵਾਂਗੀ ਹੈ ਉਹ ਆ ਗਏ ਕਿਉਂ ਚਿੰਤਾ ਕਰੀ ਜਾਨੀ ਹੈ ਅੱਛਾ ਅੱਛਾ ਆ ਗਏ
ਅਸੀਂ ਬਰੇਟੇ ਗਏ ਸੀ ਬਰੇਟੇ ਜਾ ਕੇ ਕੁੜੀ ਨੇ ਨਾਲੇ ਤਾਂ ਕੰਨਾਂ ਚ ਕੁਛ ਪਵਾ ਕੇ ਲਿਆਂਦਾ ਨਾਲੇ ਜੁੱਤੀ ਪਵਾ ਕੇ ਲਿਆਇਆ ਨਾਲੇ ਇਹਦੇ ਵਾਲ ਵੂਲ ਠੀਕ ਕਰਾ ਕੇ ਲਿਆਂਦੇ ਅਗਲਾ ਕਹਿੰਦਾ ਮਾੜਾ ਮੋਟਾ ਕੋਈ ਚੰਗਾ ਤਾਂ ਲੱਗੇ ਜਵਾਕ ਕਿੰਨੀ ਸੋਹਣੀ ਲੱਗਦੀ ਹੈ ਕਿੰਨੀ ਸੋਹਣੀ ਲੱਗਦੀ ਹੈ ਤੇਰੀ ਪੋਨੀ ਕਮਲੀ ਜੀ ਬੜੀ ਹੋਈ ਸੀ ਹਨਾ ਹੁਣ ਤਾਂ ਆਉਂਦਿਆਂ ਦੀ ਪਸੰਦ ਆ ਜਾਓ ਕੁੜੀ ਚਲੋ ਚੰਗੀ ਗੱਲ ਹੈ ਤੇ ਗੱਲ ਐ ਸੀ ਵੀ ਉਹ ਉਹਨਾਂ ਨੂੰ ਟਾਈਮ ਟੂਮ ਦੇਤਾ ਸੀ ਸਹੀ ਵੀ ਆ ਜਾਓ ਸਹੀ ਟਾਈਮ ਨਾਲ ਹਾਂ ਹਾਂ ਸਹੀ ਟਾਈਮ ਤੇ ਤਾਂ ਆਪਾਂ ਆਪਣੀ ਤਿਆਰੀ ਕਰ ਲਈ ਠੀਕ ਹੈ ਜਦੋਂ ਮਰਜ਼ੀ ਆ ਜਾਣ ਅਗਲੇ ਮੈਂ ਤਾਂ ਆਪ ਉੱਥੇ ਬੜੀ ਖਿੱਚ ਕੀਤੀ ਮਹਾ ਛੇਤੀ ਜਾਈਏ ਕਿਤੇ ਪਹਿਲੀ ਨਾ ਆ ਕੇ ਬਹਿ ਜਾਣ ਸਾਡੇ ਜਾਂਦੇ ਅੱਛਾ ਜਿੱਦੀ ਪਾ ਲਈ ਪੁੱਤ ਹਾਂ 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 ਬੜੀ ਸੋਹਣੀ ਹੈ ਠੀਕ ਹੈ ਚਲੋ ਫਿਰ ਹੁਣ ਚਲੋ ਚੰਗਾ ਤਾਂ ਆਏ ਜੀ ਤੁਸੀਂ ਕਰ ਲਓ ਤਿਆਰੀਆਂ ਫਿਰ ਹਾਂ ਕੋਈ ਨਹੀਂ ਪੁੱਤ ਮੈਂ ਵੀ ਦੇਖਣਾ ਮਾੜਾ ਮੋਟਾ ਹਾਂ ਚੰਗਾ ਪੁੱਤ ਚਲੋ ਹੁਣ ਤਾਂ ਉਹਨਾਂ ਦੀ ਬੇਟਾ ਹੈ ਜਦੋਂ ਆ ਗਏ ਠੀਕ ਹੈ ਕੁੜੀ ਕੁਝ ਬੋਲੀ ਤਾਂ ਨਹੀਂ ਸੀ ਨਾ ਕੁੜੀ ਨੇ ਕੀ ਬੋਲਣਾ ਕੁੜੀ ਨੇ ਕੁਝ ਨਹੀਂ ਬੋਲੀ ਵਿਚਾਰੀ ਚਲ ਠੀਕ ਹੈ ਚੰਗਾ ਮੈਂ ਵੀ ਇਧਰਾਂ ਹੋ ਕਰ ਆਵਾਂ ਥੋੜਾ ਜਿਹਾ ਕੰਮ ਕੁੜੀ ਨੇ ਵਿਚਾਰੀ ਨੇ ਕੀ ਬੋਲਣਾ ਹੈ ਜਿਹੜਾ ਦੇ ਦਾਂਗੇ ਵਿਚਾਰੀ ਨੂੰ ਉਹੀ ਤਲ ਫੁੱਲ ਠੀਕ ਹੈ ਇਹਨੇ ਕਿਹੜਾ ਮੂੰਹ ਮੰਗ ਕੇ ਲੈਣਾ ਮਾਂ ਪਿਓ ਤਾਂ ਅਗਲਾ ਕਹਿੰਦਾ ਬਾਪੂ ਮੈਨੂੰ ਆਹ ਦੇ ਦੇ ਮੈਨੂੰ ਆਹ ਦੇ ਦੇ ਚੱਲ ਆਪਾਂ ਜਿਹੜਾ ਆਪਦੇ ਹੱਥ ਨਾਲ ਦੇ ਦਿਆਂਗੇ ਉਹੀ ਹੈ ਚੱਲ ਆਪਦੇ ਘਰੇ ਮੌਜਾਂ ਕਰੇ ਲੱਡੂ ਤਾਂ ਵਧੀਆ ਲੰਦੇ ਜਿਹੜੇ ਹਿਸਾਬ ਨਾਲ ਇਹ ਨਿਖਰ ਕੇ ਆਈ ਆ ਮੈਨੂੰ ਲੱਗਦਾ ਜਵਾਬ ਨਹੀਂ ਦਿੰਦੀ ਚੱਲ ਕੋਈ ਨਹੀਂ ਵਧੀਆ ਹੋ ਗਿਆ ਨਾਲੇ ਮੇਰੀ ਧੀ ਸੌਖੀ ਰਹੂਗੀ ਜੇ ਇਹਦਾ ਫਾਹਾ ਵੱਢਿਆ ਜਾਵੇ ਹਾਂ ਉਧਰਲਾ ਘਰ ਵੀ ਨਾ ਲੱਗ ਜੂਗਾ ਮੇਰੀ ਧੀ ਦੇ ਪਰ ਲਵਾਉਂਗੀ ਕਿਵੇਂ ਚੱਲ ਕੋਈ ਨਹੀਂ ਕੇਰਾਂ ਸਗਨ ਪੈ ਜਾਣ ਤੇ ਫਿਰ ਨਾ ਇਹਦੋਂ ਬਰਿਆਤ ਰਿਹਾ ਕੇ ਗੁੱਠਾ ਵੀ ਲਵਾ ਲੂੰਗੀ ਦੇਖ ਮੇਰੀ ਧੀ ਨੂੰ ਤਾਂ ਪਿਆਰ ਕਰਦਾ ਨਹੀਂ ਇਸੇ ਨੂੰ ਕਰਦਾ ਇਹਨੂੰ ਤਾਂ ਕਿਵੇਂ ਵਾਲ ਸਿੱਧੇ ਕਰਾ ਲਿਆ ਮੈਂ ਜੁੱਤੀ ਪਵਾ ਲਿਆ ਮੈਂ ਕੰਨਾਂ ਵਾਲੇ ਕਰਾ ਲਿਆ ਮੇਰੀ ਧੀ ਨੂੰ ਵਿਚਾਰੀ ਨੂੰ ਆਈਂ ਤੋਰਤੀ ਹੈ ਉਹਨੂੰ ਤਾਂ ਇਹ ਕੁਛ ਵੀ ਨਹੀਂ ਸਮਝਦਾ ਚੱਲ ਨਾ ਸਮਝਣ ਦੇ ਆਪਾਂ ਨੇ ਕੀ ਲੈਣਾ ਗਾ ਕੇਰਾਂ ਦਾ ਫਾਹਾ ਵੱਢਿਆ ਜਾਵੇ ਮੇਰੀ ਧੀ ਤਾਂ ਉੱਧਰ ਮੌਜਾਂ ਕਰੂ ਮੌਜਾਂ ਚੱਲ ਆ ਚੱਕ ਕੇ ਰੱਖਦੀਆਂ ਹੁਣ ਆ ਨਾ ਜਾਣ ਕਿਤੇ ਲੈ ਸਵਾ 11 ਦਾ ਟਾਈਮ ਦਿੱਤਾ ਸੀ 11:30 ਹੋ ਗਏ ਹਲੇ ਤੱਕ ਕਿਉਂ ਨਹੀਂ ਆਏ ਕੋਈ ਨਹੀਂ ਆ ਜਾਂਦੇ ਮੈਨੂੰ ਤਾਂ ਫਿਕਰ ਲੱਗ ਰਿਹਾਗਾ ਲੈ ਉਹ ਦੇਖਾ ਉਹ ਆ ਗਏ ਆ ਗਏ ਸ਼ੁਕਰ ਹੈ ਸ਼ੁਕਰ ਹੈ ਆ ਤਾਂ ਗਏ ਆਜੋ ਆਜੋ ਭਾਈ ਨੰਗੇ ਹੋ ਸਤਿ ਸ਼੍ਰੀ ਅਕਾਲ ਜੀ ਲੇਟ ਬਹੁਤ ਹੋ ਗਏ ਜੀ ਵਿਚੋਲਾ ਸਾਹਿਬ ਲੇਟ ਬਹੁਤ ਹੋ ਗਏ ਤੁਸੀਂ ਚੱਲੋ ਹੋਰ ਸਾਰੇ ਠੀਕ ਹੈ ਭਾਜੀ ਨੂੰ ਡੀਕਦੇ ਰਹੇ ਸਾਡੀਆਂ ਤਾਂ ਅੱਖਾਂ ਪੱਕ ਗਈਆਂ ਤੁਹਾਨੂੰ ਡੀਕਦੇ ਆ ਨਹੀਂ ਪਾਣੀ ਨੂੰ ਰਹਿਣ ਦੋ ਬਸ ਤੁਸੀਂ ਜਿਹੜੇ ਆਪਣੇ ਸਗਨ ਵਿਆਹ ਆ ਉਹ ਕਰ ਲਈਏ ਆਪਾਂ ਪਹਿਲਾਂ ਕੋਈ ਨਾ ਜੀ ਉਹ ਵੀ ਹੋ ਜਾਣਗੇ ਪਰ ਤੁਸੀਂ ਚਾਹ ਪਾਣੀ ਤਾਂ ਪੀਓ ਹਜੇ ਚਲੋ ਕੋਈ ਗੱਲ ਨਹੀਂ ਚਾਹ ਪਾਣੀ ਆਇਆ ਨਾ ਵੀ 12 ਵਜੇ ਤੋਂ ਪਹਿਲਾਂ ਆਪਣੇ ਅੱਜ ਜਿਹੜੇ ਸਗਨ ਵਿਆਹ ਆ ਉਹ ਕਰ ਲਈਏ ਆਪਾਂ ਹਨਾ ਤੁਸੀਂ ਕੁੜੀ ਨੂੰ ਬੁਲਾਓ ਕੁੜੀ ਨੂੰ ਵੀ ਬੁਲਾ ਲੈਂਦੇ ਆ ਚਾਹ ਤਾਂ ਪੀਓ ਕੇ ਨਾ ਚਾਹ ਲਿਆਵਾਂ ਹਾਂ ਲਿਆ ਕੁਲਦੀਪ ਕਰੇ ਚਾਹ ਚੱਕ ਗੁੜੀਆ ਨੂੰ ਬੁਲਾਓ ਫਿਰ ਨਾ ਟਾਈਮ ਹੋਈ ਜਾਂਦਾ ਗਾ ਬੁਲਾ ਦਿੰਦੇ ਭੈਣ ਜੀ ਕੋਈ ਨੀ ਹਾਂ ਚਾਹ ਤਾਂ ਪੀ ਲੈਂਦੇ ਪਹਿਲਾਂ ਕੋਈ ਗੱਲ ਨੀ ਚਾਹ ਵੀ ਪੀ ਲਾਂਗੇ ਆਪਾਂ ਨਾਲ ਦੀ ਨਾਲ ਬੁਲਾ ਲੈ ਕੁਲਦੀਪ ਕੋਰੇ ਮੈਂ ਲੈ ਕੇ ਆਉਂਦਾ ਬੁਲਾ ਗੁਲਾਬ ਨੂੰ ਬੁਲਾ ਦੇਖੋ ਭੈਣ ਜੀ ਕੱਲ੍ਹ ਮੈਂ ਤੁਹਾਡਾ ਘਰ ਬਾਰ ਦੇਖ ਆਇਆ ਜਿਵੇਂ ਭਾਵਾਂ ਜ਼ਮੀਨ ਥੋੜ੍ਹੀ ਹੈ ਪਰ ਘਰ ਬਾਰ ਤੋਂ ਨਹੀਂ ਲੱਗਦਾ ਵੀ ਤੁਹਾਡੀ ਜ਼ਮੀਨ ਥੋੜ੍ਹੀ ਹੈ ਬਹੁਤ ਸੋਹਣਾ ਘਰ ਬਾਰ ਹੈ ਬਾਕੀ ਮੁੰਡਾ ਵੀ ਮੈਨੂੰ ਫਿੱਟ ਹੈ ਆਪਾਂ ਸਾਰਾ ਕੁਛ ਦੇਖ ਆਏ ਜਿਵੇਂ ਤੁਸੀਂ ਕਹਿੰਦੇ ਵੀ ਆਪਾਂ ਕੁੜੀ ਨੂੰ ਵੀ ਮਾੜਾ ਨਿਗਾਹ ਥਾਈ ਕਰ ਲਈਏ ਹਾਂਜੀ ਉਹ ਚੱਲ ਤੁਸੀਂ ਦੇਖ ਲਓ ਵਧੀਆ ਗੱਲ ਹੈ ਦੇਖੋ ਜ਼ਰੂਰ ਦੇਖੋ ਠੀਕ ਹੈ ਠੀਕ ਹੈ ਹਾਂ ਬੁਲਾ ਲੈਂਦੇ ਆਪਾਂ ਕੁੜੀ ਨੂੰ ਗੁਲਾਬੋ ਆ ਜਾ ਪੁੱਤ ਆ ਜਾ ਲੰਘਿਆ ਲਓ ਚਾਹ ਤਾਂ ਪੀਓ ਚੱਕੋ ਚਾਹ ਆ ਲਓ ਜੀ ਬਹਿ ਜਾ ਮੈਨੂੰ ਤਾਂ ਪਸੰਦ ਹੈ ਤੈਨੂੰ ਕਿਵੇਂ ਪੁੱਤ ਠੀਕ ਹੈ ਮੰਮੀ ਜਿਵੇਂ ਤੁਸੀਂ ਕਰੋ
ਲੈ ਭੈਣ ਜੀ ਕੁੜੀ ਤਾਂ ਸੋਹਣੀ ਹੈ ਮੈਨੂੰ ਵੀ ਪਸੰਦ ਹੈ ਤੇ ਮੇਰੇ ਮੁੰਡੇ ਨੂੰ ਵੀ ਪਸੰਦ ਹੈ ਤੁਸੀਂ ਹੁਣ ਕੁੜੀ ਨੂੰ ਪੁੱਛੋ ਫਿਰ ਦੇਰ ਕਾਹਤੋਂ ਲਾਈ ਹੈ ਕੁੜੀ ਨੂੰ ਤਾਂ ਮੇਰਾ ਪੁੱਛਿਆ ਹੋਇਆ ਹੈ ਨਹੀਂ ਫਿਰ ਵੀ ਆਏ ਹਾਂ ਪੜ੍ਹੇ ਲਿਖੇ ਜਵਾਕ ਹੈਗੇ ਪੁੱਛਣਾ ਤਾਂ ਚਾਹੀਦਾ ਮੇਰੀ ਕੁੜੀ ਤਾਂ ਨਾ ਇੱਕ ਦੋ ਜਮਾਤਾਂ ਪੜ੍ਹੀ ਉਹ ਵੀ ਗੁਰਦੁਆਰੇ ਜਾਂਦੀ ਹੁੰਦੀ ਸੀਗੀ ਅੱਛਾ ਹਾਂ ਗ੍ਰੰਥੀ ਨੇ ਪੜ੍ਹਾਇਆ ਤਾਂ ਕਦੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ ਠੀਕ ਪਰ ਦਿਮਾਗ ਬਹੁਤ ਹੈ ਜੀ ਇਹਨਾਂ ਦਾ ਅੱਛਾ ਪੜ੍ਹੀ ਲਿਖੀ ਤੋਂ ਵੀ ਵੱਧ ਹੈ ਜੀ ਤੇ ਘਰ ਦਾ ਸਾਰਾ ਕੰਮ ਕਰਦੀ ਹੈ ਕੋਈ ਇਹਦਾ ਨਹੀਂ ਹੈ ਵੀ ਕੰਮ ਕਰਨ ਨੂੰ ਲਾਂਭਾ ਮਿਲੂਗਾ ਹੋਰ ਪੁੱਤ ਰੋਟੀ ਟੁੱਕ ਵਧੀਆ ਬਣਾ ਲੈਣੀ ਹੈ ਹਾਂਜੀ ਅੱਛਾ ਤੇ ਕੋਈ ਕਢਾਈ ਕੁੜੀ ਦਾ ਕੋਈ ਕੰਮ ਕੱਪੜੇ ਕੁਪੜੇ ਸਿਉਣ ਦਾ ਕੱਪੜੇ ਸਿਉਣ ਲੈਣੀ ਹੈ ਸਿਉਣ ਲੈਣੀ ਹੈ ਚਲ ਵਧੀਆ ਗੱਲ ਹੈ ਆਇਆ ਭੈਣ ਜੀ ਮੁੰਡਾ ਮੇਰਾ ਵਧੀਆ ਪੜ੍ਹਿਆ ਲਿਖਿਆ ਹਨਾ ਤੇ ਅੱਜ ਕੱਲ ਦੇ ਜਿਹੜੇ ਜ਼ਮਾਨੇ ਦੇ ਵਿੱਚ ਹੁੰਦਾ ਹਨਾ ਤੇ ਆਪਾਂ ਦੋਨਾਂ ਨੂੰ ਬੱਚਿਆਂ ਨੂੰ ਆਪਸ ਵਿੱਚ ਗੱਲ ਕਰਨ ਦਾ ਮੌਕਾ ਦੇਗੇ ਜਿਵੇਂ ਤੁਹਾਡੀ ਮਰਜ਼ੀ ਹੈ ਭੈਣ ਜੀ ਉਵੇਂ ਕਰ ਲਓ ਇੱਕ ਦੂਜੇ ਨਾਲ ਗੱਲਬਾਤ ਕਰ ਲੈਣਗੇ ਨਾਲ ਤਾਂ ਕਰ ਸਕਦੇ ਨੇ ਹਾਂ ਤੇ ਜਾਓ ਪੁੱਤ ਤੁਸੀਂ ਉਧਰ ਜਾ ਕੇ ਗੱਲਬਾਤ ਕਰ ਲਓ ਆਪਦੀ ਠੀਕ ਹੈ ਚਲੋ ਕੋਈ ਗੱਲ ਨਹੀਂ ਪੁੱਤ ਕਰ ਲੈ ਗੱਲ ਕਰ ਲਓ ਗੱਲ ਪੁੱਤ ਕੋਈ ਗੱਲ ਨਹੀਂ ਅੱਜ ਕੱਲ ਤਾਂ ਜ਼ਮਾਨਾ ਹੀ ਆ ਹੁਣ ਭਾਈ ਬੈਠ ਕੇ ਉਧਰ ਗੱਲ ਕਰ ਲਓ ਭੈਣ ਜੀ ਚਾਹ ਚੱਕੋ ਕੁਲਦੀਪ ਕੁਰੇ ਤੂੰ ਵੀ ਚੱਕ ਚਾਹ ਪੀਓ ਹਾਂਜੀ ਭੈਣ ਜੀ ਪੀਓ ਪੀਓ ਹਾਂ ਨਾਲੇ ਮੂੰਹ ਮਿੱਠਾ ਕਰੋ ਆ ਲਓ ਭੈਣ ਜੀ ਮੂੰਹ ਮਿੱਠਾ ਕਰ ਲੈਂਦੇ ਨਾ ਨਾ ਬਸ ਭੈਣ ਜੀ ਮੈਂ ਇਕੱਲੀ ਚਾਹ ਹੀ ਪੀਊਂਗੀ ਚਲੋ ਠੀਕ ਆ ਮੈਂ ਤਾਂ ਆਪ ਨਹੀਂ ਖਾਂਦੀ ਹੁੰਦੀ ਦੇਖੋ ਊਂ ਤਾਂ ਮੇਰੀ ਕੁੜੀ ਸਿਆਣੀ ਬਥੇਰੀ ਆ ਉਹ ਸਾਡੇ ਪਿੱਛੇ ਲੱਗਦੇ ਜਿਵੇਂ ਅਸੀਂ ਕਰ ਕਹਿੰਦੇ ਆ ਨਾ ਉਵੇਂ ਕਰਦੀ ਹੈਗੀ ਅੱਛਾ ਤੇ ਉਹਨੇ ਤਾਂ ਹਾਂ ਹੀ ਕਰਨੀ ਆ ਚਲੋ ਕੁਛ ਨਹੀਂ ਬੋਲਣਾ ਨਹੀਂ ਚਲੋ ਵਧੀਆ ਗੱਲ ਹੈ ਭੈਣ ਜੀ ਸਾਨੂੰ ਵੀ ਕੁੜੀ ਇਹੋ ਜਿਹੀ ਚਾਹੀਦੀ ਸੀ ਜਿਹੜੀ ਆਪਣੇ ਕਹਿਣੇ 'ਚ ਚੱਲੇ ਹਨਾ ਨਾਲੇ ਘਰ ਵਾਰ ਦਾ ਕੰਮ ਕਰੇ ਹੋਰ ਤਾਂ ਆਪਾਂ ਨੂੰ ਕੀ ਹੁੰਦਾ ਗਾ ਆਹੀ ਹੈ ਵੀ ਜਿਹੜਾ ਘਰੇ ਕੰਮ ਆ ਉਹ ਕਰੇ ਹਾਂਜੀ ਸਾਰਾ ਕਰਦੀ ਹੈ ਕੰਮ ਆਪਾਂ ਕਿਹੜਾ ਕੋਈ ਬਾਹਰ ਜਾ ਕੇ ਉਹਨੂੰ ਤਾਂ ਨੌਕਰੀ ਕਰਾਉਣੀ ਆ ਘਰ ਦਾ ਸੁੱਖ ਨਾਲ ਸਾਰਾ ਕੰਮ ਕਰਦੀ ਆ ਹਾਂ ਤੁਸੀਂ ਨੇ ਤਾਂ ਕੀਤਾ ਨਹੀਂ ਸੀ ਇਹ ਕਰਦੀ ਆ ਚਲੋ ਵਧੀਆ ਗੱਲ ਹੈ ਭਾਈ ਦੇਖੋ ਜੀ ਤੁਸੀਂ ਤਾਂ ਮੈਨੂੰ ਪਸੰਦ ਹੋ ਤੇ ਤੁਸੀਂ ਦੱਸ ਦਿਓ ਜੇ ਕੋਈ ਗੱਲਬਾਤ ਕਰਨੀ ਹੈ ਜੀ ਵੈਸੇ ਤਾਂ ਮੈਨੂੰ ਵੀ ਤੁਸੀਂ ਪਸੰਦ ਹੋ ਕਿਉਂਕਿ ਜਿਵੇਂ ਮੇਰੀ ਬੀਬੀ ਅਤੇ ਤਾਏ ਨੇ ਕੀਤਾ ਉਵੇਂ ਮਨਜ਼ੂਰ ਹੈ ਪਰ ਫਿਰ ਵੀ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਿਉਂਕਿ ਕਿਤੇ ਇਹ ਨਾ ਹੋਵੇ ਨਾ ਕਿ ਤੁਹਾਨੂੰ ਵਿਆਹ ਤੋਂ ਬਾਅਦ ਪਤਾ ਲੱਗੇ ਫਿਰ ਤੁਸੀਂ ਕਹਿ ਦਿਓ ਕਿ ਸਾਡੇ ਤੋਂ ਉਲਾ ਰੱਖਿਆ ਸੀ ਕੁੜੀ ਵਾਲਿਆਂ ਨੇ ਕੀ ਗੱਲ ਹੈ ਜੀ ਇਹ ਜੀ ਉਹਨਾਂ ਜੀ ਪਹਿਲਾਂ ਮੇਰੀ ਮੰਗਣੀ ਹੋਈ ਹੋਈ ਸੀਗੀ ਉਹ ਟੁੱਟ ਗਈ ਸੀ ਮੰਗਣੀ ਟੁੱਟ ਗਈ ਸੀ ਕਿਉਂ ਉਹ ਪਤਾ ਕੀ ਗੱਲ ਹੈ ਹੁਣ ਨਾ ਉਹ ਮੁੰਡੇ ਦਾ ਵਿਆਹ ਮੇਰੀ ਛੋਟੀ ਭੈਣ ਨਾਲ ਹੋ ਗਿਆ ਪਹਿਲਾਂ ਉਹਦਾ ਵਿਆਹ ਮੇਰੇ ਨਾਲ ਹੁੰਦਾ ਸੀ ਅਸਲ ਦੇ ਵਿੱਚ ਅਸੀਂ ਨਾ ਇੱਕ ਦੂਜੇ ਨੂੰ ਪਸੰਦ ਕਰਦੇ ਸੀਗੇ ਹੁਣ ਵੀ ਕਰਦੇ ਹਾਂ ਅਤੇ ਉਹ ਮੇਰੀ ਬੀਬੀ ਨੇ ਨਾ ਧੱਕੇ ਨਾਲ ਵਿਆਹ ਮੇਰੀ ਛੋਟੀ ਭੈਣ ਦਾ ਕਰਤਾ ਉਹ ਤਾਂ ਕਰਕੇ ਕਰਤਾ ਕਿਉਂਕਿ ਉਹਦੀ ਸਕੀ ਕੁੜੀ ਸੀ ਅਤੇ ਮੁੰਡੇ ਨੂੰ 25 ਕਿੱਲੇ ਜ਼ਮੀਨ ਦੇ ਆਉਂਦੇ ਸੀਗੇ ਅਤੇ ਉਹ ਮੁੰਡਾ ਨਾ ਮੈਨੂੰ ਹੁਣ ਉਸ ਨੇ ਮੈਨੂੰ ਸਿਖਾ ਕੇ ਭੇਜਿਆ ਵੀ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਤੂੰ ਕਿਵੇਂ ਨਾ ਕਿਵੇਂ ਰਿਸ਼ਤੇ ਨੂੰ ਨਾ ਕਰਦੀ ਹੁਣ ਮੈਂ ਸਿੱਧੇ ਮੱਥੇ ਤਾਂ ਨਾ ਨਹੀਂ ਕਰ ਸਕਦੀ ਹੁਣ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਹੀ ਹੈ ਉਹ ਵਿਆਹ ਤੋਂ ਬਾਅਦ ਫੇਰ ਰੌਲਾ ਪਾਊਗਾ ਆਪਣਾ ਵਿਆਹ ਕਰਵਾਉਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਕਮਾਲ ਦੀ ਗੱਲ ਹੈ ਐਡੀ ਵੱਡੀ ਗੱਲ ਹੋ ਗਈ ਜਦੋਂ ਕੱਲ ਦੇਖਣ ਆਏ ਸੀਗੇ ਮੈਨੂੰ ਉਦੋਂ ਕਿਉਂ ਨਹੀਂ ਦੱਸਿਆ ਫਿਰ ਤੁਸੀਂ ਨੇ ਮੇਰਾ ਥੋੜੀ ਕਸੂਰ ਹੈ ਜੀ ਨਾ ਮੇਰੀ ਬੀਬੀ ਨੇ ਤੁਹਾਡੇ ਲਈ ਗੱਲ ਕੀਤੀ ਨਾ ਮੇਰੇ ਤਾਏ ਨੇ ਨਾਲੇ ਇਹ ਨਾ ਮੇਰੀ ਮਰਜ਼ੀ ਦੇ ਖਿਲਾਫ ਹੋ ਰਿਹਾ ਮੇਰੀ ਮਰਜ਼ੀ ਨਾਲ ਕੁਝ ਵੀ ਨਹੀਂ ਹੋ ਰਿਹਾ ਨਾ ਮੈਨੂੰ ਕੱਲ ਕੋਈ ਲੈ ਕੇ ਗਿਆ ਨਾਲ ਫਿਰ ਮੈਂ ਇਹ ਰਿਸ਼ਤਾ ਨਹੀਂ ਲੈ ਸਕਦਾ ਫਿਰ ਤੁਸੀਂ ਮੇਰੇ ਕਾਬਲ ਨਹੀਂ ਹੈਗੇ ਠੀਕ ਹੈ ਜਵਾਬ ਦੇ ਦਿਓ ਆਪਦੇ ਘਰਦਿਆਂ ਨੂੰ ਮੈਂ ਨਹੀਂ ਕਰਵਾਉਣਾ ਰਿਸ਼ਤਾ ਜੀ ਮੈਂ ਹੁਣ ਕਿਵੇਂ ਜਵਾਬ ਦੇ ਸਕਦੀ ਹਾਂ ਤੁਸੀਂ ਦੇਖੋ ਨਾ ਹੁਣ ਤੁਸੀਂ ਮੇਰੇ ਘਰਦਿਆਂ ਨੂੰ ਜਵਾਬ ਦੇ ਸਕਦੇ ਹੋ ਨਾਲੇ ਮੇਰਾ ਨਾਮ ਨਾ ਲਾਇਓ ਜੀ ਸ਼ੁਕਰ ਹੈ ਪਰਮਾਤਮਾ ਮੈਂ ਤਾਂ ਸੋਚਿਆ ਸੀ ਮੇਰੇ ਤੋਂ ਕੋਈ ਸੰਭਾਲਿਆ ਨਹੀਂ ਜਾਣਾ ਮੈਨੂੰ ਤਾਂ ਲੱਗਦਾ ਟੁੱਟ ਗਿਆ ਮੇਰਾ ਰਿਸ਼ਤਾ ਲਾ ਗਿਆ ਮੁੰਡਾ ਲਿਆਵਾਂ ਖੰਭਣੀ ਖੰਭਣੀ ਭੈਣ ਜੀ ਮੈਨੂੰ ਤੁਸੀਂ ਕੱਲ ਦੇਖਣ ਆਏ ਸੀ ਉਦੋਂ ਨਹੀਂ ਦੱਸ ਸਕਦੇ ਸੀ ਰਿਸ਼ਤਾ ਪਹਿਲਾਂ ਹੋਇਆ ਹੋਇਆ ਸੀ ਤੇ ਟੁੱਟ ਗਿਆ ਹੋਣਾ ਨਾ ਪੁੱਤ ਇਹ ਕੀ ਗੱਲ ਹੋਈ ਹੈ ਨਾ ਭੈਣ ਜੀ ਅਸੀਂ ਤਾਂ ਕੋਈ ਰਿਸ਼ਤਾ ਨਹੀਂ ਸੀ ਕੀਤਾ ਮੇਰੀ ਤੇ ਤਾਂ ਕੁਮਾਰੀ ਆ ਭੈਣ ਜੀ ਕੋਈ ਨੀ ਤੁਸੀਂ ਨਾ ਐਂ ਨਾ ਕਰੋ ਦੇਖ ਨਾ ਪੁੱਤ ਐਂ ਕਰ ਪਹਿਲਾਂ ਵੀ ਦੋ ਤਿੰਨ ਰਸਤੇ ਆਏ ਮੁੜ ਗਏ ਐਂ ਨਾ ਕਰ
ਹੋਰ ਪਤਾ ਨਹੀਂ ਪਹਿਲਾਂ ਕਿੰਨੇ ਕਮੋੜੇ ਹੋਣੇ ਆ ਦੇਖ ਲੈਣਾ ਨਿਕਲਦਾ ਜਵਾਨ ਤੋਂ ਗੱਲ ਕਰਕੇ ਅਸੀਂ ਜਵਾਬ ਦਿੱਤਾ ਉਹਨਾਂ ਨੂੰ ਨਾ ਪੁੱਤ ਭੈਣ ਜੀ ਬਸ ਕਰੋ ਤੁਹਾਡਾ ਸਾਰਾ ਝੂਠ ਸਾਨੂੰ ਪਤਾ ਲੱਗ ਗਿਆ ਨਾ ਭੈਣ ਜੀ ਸਾਨੂੰ ਮੁੰਡੇ ਨਹੀਂ ਸੀ ਵਧੀਆ ਲੱਗੇ ਮੇਰੀ ਧੀ ਇੰਨੀ ਸੋਹਣੀ ਸੁਨੱਖੀ ਹੈਗੀ ਤਾਂ ਕਰਕੇ ਮੇਰੀ ਗੱਲ ਸੁਣੋ ਜੀ ਤੁਸੀਂ ਨਾ ਰਿਸ਼ਤਾ ਨਾ ਤੋੜ ਕੇ ਜਾਓ ਮੈਨੂੰ ਤਾਂ ਨਾ ਇਹ ਰਿਸ਼ਤਾ ਬਹੁਤ ਪਸੰਦ ਹੈ ਤੁਸੀਂ ਐਵੇਂ ਕਰੋ ਤੁਸੀਂ ਨਾ ਦੋ ਦਿਨਾਂ ਦੇ ਅੰਦਰ ਅੰਦਰ ਨਾ ਮੈਨੂੰ ਵਿਆਹ ਕੇ ਲੈ ਜਾਓ ਜੇ ਤੁਸੀਂ ਨਾ ਲੇਟ ਕਰਤਾ ਵਿਆਹ ਨਾ ਫਿਰ ਮੇਰਾ ਰਿਸ਼ਤਾ ਤੜਵਾ ਦੂਗਾ ਵਰਿੰਦਰ ਬਹੁਤ ਖਰਾਬ ਹੈ ਉਹ ਵੇਖ ਲੈ ਹਜੇ ਵੀ ਉਹ ਮੁੰਡੇ ਨੂੰ ਇਹੋ ਕਰਦੀ ਹੈਗੀ ਭੈਣ ਜੀ ਉੱਥੇ ਤਾਂ ਮੇਰੀ ਧੀ ਵਿਆਹੀ ਹੋਈ ਆ ਛੋਟੀ ਇਹਨੂੰ ਇਹਦਾ ਯਕੀਨ ਹੈ ਕਾਹਨੂੰ ਭੈਣ ਜੀ ਪਹਿਲਾਂ ਇਹਨੂੰ ਪਸੰਦ ਕਰਦਾ ਸੀਗਾ ਵੀ ਉਹ ਕੁੜੀ ਦਾ ਰਿਸ਼ਤਾ ਕਰਤਾ ਸੀ ਅਸੀਂ ਆਖਾਂ ਵੀ ਨਾ ਭਾਈ ਅਸੀਂ ਇਹਦਾ ਨਹੀਂ ਕਰਦੇ ਜਿਹੜੀ ਮੰਗੀ ਹੋਈ ਉਸ ਇਹਦੀ ਕਰਾਂਗੇ ਉਹ ਤਾਂ ਮੈਂ ਝੂਠ ਬੋਲਦਾ ਮੈਂ ਮੇਰੀ ਗੱਲ ਸੁਣ ਜਦੋਂ ਇਹਨੂੰ ਉਹ ਪਸੰਦ ਕਰਦਾ ਸੀ ਤੇ ਫਿਰ ਉੱਥੇ ਕਿਉਂ ਨਾ ਕੀਤਾ ਤੁਸੀਂ ਰਿਸ਼ਤਾ ਇਹਦਾ ਗਲਤੀ ਤਾਂ ਸਾਰੀ ਤੁਹਾਡੀ ਹੈ ਤੁਹਾਡੀ ਆਪਦੀ ਗਲਤੀ ਹੈ ਇਹਨੂੰ ਕਿਹੜਾ ਹਲੇ ਸ਼ਰਮ ਆਉਂਦੀ ਹੈ ਕਿਵੇਂ ਖੁੱਲ ਖੁੱਲ ਕੇ ਦੱਸਦੀ ਹੈ ਵੀ ਮੇਰਾ ਰਿਸ਼ਤਾ ਟੁੱਟਿਆ ਐ ਮੇਰੀ ਉਹਦੇ ਨਾਲ ਬਣਦੀ ਸੀ ਨਾ ਪੁੱਤ ਦੇਖ ਭਾਈ ਸਾਡੇ ਸਾਰੇ ਵਾਲੀ ਗੱਲ ਸੰਭਲ ਕੇ ਬੋਲੋ ਪਰ ਸਾਡੀ ਕੁੜੀ ਬਹੁਤ ਸਿਆਣੀ ਹੈ ਇਹ ਗੱਲ ਨਹੀਂ ਤੁਸੀਂ ਕਹਿ ਸਕਦੇ ਹਾਂ ਹਾਂ ਸਿਆਣੀ ਤਾਂ ਦੇਖ ਲਿਆ ਸੀ ਕਿੰਨੀ ਕਹਿ ਸਾਰਾ ਕੁਝ ਦੇਖ ਲਿਆ ਭਾਈ ਅਸੀਂ ਚੱਲ ਪੁੱਤ ਬਥੇਰੇ ਰਿਸ਼ਤੇ ਕਰੇ ਤੂੰ ਆਏ ਨੇ ਕਰੇ ਦੇਖ ਸਾਡੀ ਬੇਇੱਜ਼ਤੀ ਹੋ ਜੂ ਨਾ ਭੈਣ ਜੀ ਤੁਹਾਡੇ ਮੂਰੇ ਹੱਥ ਬੰਨਾ ਪੁੱਤ ਨਾਲੇ ਮੈਂ ਕਿਹੜਾ ਇਹਨਾਂ ਨੂੰ ਰਿਸ਼ਤਾ ਤੋੜਨ ਨੂੰ ਕਿਹਾ ਮੈਨੂੰ ਤਾਂ ਕਹੀ ਜਾਣੀ ਹੈ ਮੈਨੂੰ ਮਨਜ਼ੂਰ ਹੈ ਇਹ ਆਪੇ ਨਹੀਂ ਮੰਨਦੇ ਹੈਗੇ ਸਾਨੂੰ ਨਹੀਂ ਮਨਜ਼ੂਰ ਹੈਗਾ ਚੱਲ ਮਾ ਚੱਲੀਏ ਨਾ ਕੋਈ ਨਾ ਕਰੋ ਤੁਸੀਂ ਜੇ ਨਹੀਂ ਰਿਸ਼ਤਾ ਮਨਜ਼ੂਰ ਤਾਂ ਤੁਸੀਂ ਜਾਓ ਚੰਗਾ ਭਾਜਨ ਸਿਆ ਮੈਂ ਵੀ ਚੱਲਿਆ 40 ਰਿਸ਼ਤੇ ਕਰਾਤੇ ਅੱਜ ਤੱਕ ਕਹੀ ਕਿਸੇ ਨੇ ਨਹੀਂ ਕਰਾਈ ਇਹੀ ਤੁਸੀਂ ਕਰਾਤੀ ਨਾ ਠੀਕ ਹੈ ਹੁਣ ਬੇਇੱਜ਼ਤੀ ਕਰਵਾ ਕੇ ਰੱਖਤੀ ਮੇਰੀ ਸੁਣ ਲੈ ਗੱਲ ਮਾ ਮੈਨੂੰ ਮੁੜ ਕੇ ਨਾ ਕਹਿੰਦੀ ਵੀ ਰਿਸ਼ਤਾ ਦੇਖਣ ਜਾਣਾ ਰਿਸ਼ਤਾ ਦੇਖਣ ਜਾਣਾ ਅੱਜ ਤੇਰੇ ਕਰਕੇ ਮੈਂ ਚੌਥਾ ਰਿਸ਼ਤਾ ਦੇਖਣ ਆਇਆ ਸੀ ਹੁਣ ਮੈਂ ਆਪਦੀ ਮਰਜ਼ੀ ਦੀ ਕਰਾਉਂਗਾ ਤੇ ਮੈਨੂੰ ਕੀ ਪਤਾ ਸੀ ਪੁੱਤ ਉਹ ਐ ਕਰੂਗੀ ਦੇਖਣ ਨੂੰ ਤਾਂ ਸੋਹਣੀ ਸੁਨੱਖੀ ਲੱਗਦੀ ਸੀਗੀ ਸੋਹਣੀ ਸੁਨੱਖੀ ਲੱਗਦੀ ਸੀ ਉਹ ਤੂੰ ਸ਼ੁਕਰ ਮਨਾ ਆਪਾਂ ਨੂੰ ਪਹਿਲਾਂ ਪਤਾ ਲੱਗ ਗਿਆ ਜੇ ਵਿਆਹ ਤੋਂ ਬਾਅਦ ਪਤਾ ਲੱਗਦਾ ਨਾਲ ਤਾਂ ਤੇਰੇ ਸਿਰ 'ਚ ਖੇ ਪੈਂਦੀ ਨਾਲੇ ਮੇਰੀ ਬੇਇੱਜ਼ਤੀ ਹੁੰਦੀ ਉਹ ਅੱਡ ਮੇਰੀ ਗੱਲ ਸੁਣ ਤੂੰ ਤਾਂ ਹਾ ਗੱਲਾਂ ਲੈ ਕੇ ਬੈਠਾਂਗਾ ਮੈਨੂੰ ਐਂ ਦੱਸ ਵੀ ਮੈਂ ਗਵਾਂਢਣਾਂ ਨੂੰ ਕਹਿ ਕੇ ਆਈ ਸੀ ਬਹੂ ਦੀ ਫੋਟੋ ਖਿੱਚ ਕੇ ਲੈ ਕੇ ਆਉਂਗੀ ਮੈਂ ਉਹਨਾਂ ਨੂੰ ਕੀ ਦਿਖਾਉਂਗੀ ਜਾ ਕੇ ਜਦ ਦਿਖਾ ਦੇ ਫਿਰ ਅੰਜਨੀਨਾ ਜੌਲੀ ਦੀ ਫੋਟੋ ਖਿੱਚੂ ਫੋਟੋ ਇਹ ਚੱਲ ਤੋਰ ਹੁਣ ਨੀ ਕੁੜੀਏ ਤੂੰ ਉਹਨਾਂ ਨੂੰ ਇਹੋ ਜਿਹਾ ਕੀ ਕਹਿਤਾ ਸੀ ਪੁੱਤ ਜਿਹੜਾ ਉਹ ਜਵਾਬ ਦੇ ਗਏ ਬੀਬੀ ਮੈਂ ਕੀ ਕਹਿਣਾ ਸੀ ਉਹਨਾਂ ਨੇ ਨਾ ਮੇਰੀ ਖੰਮਣੀ ਦੇਖ ਲਈ ਮੈਨੂੰ ਕਹਿੰਦੇ ਖੰਮਣੀ ਕਿਵੇਂ ਬੰਨੀ ਹੈ ਮੈਂ ਦੱਸਤਾ ਫਿਰ ਮੈਂ ਕਿਹਾ ਮੇਰੀ ਮੰਗਣੀ ਹੋਈ ਸੀ ਪਹਿਲਾਂ ਪੁੱਤ ਖੰਮਣੀ ਤਾਂ ਮੇਰੇ ਵੀ ਬੰਨੀ ਸੀ ਤੂੰ ਕਹਿ ਦਿੰਦੀ ਮੇਰੀ ਮਾਂ ਨੇ ਬੰਨੀ ਸੀ ਮੇਰੇ ਵੀ ਬੰਨਤੀ ਬੀਬੀ ਤੁਸੀਂ ਆਪ ਇਹ ਤਾਂ ਕਿਹਾ ਸੀ ਵੀ ਸੱਚ ਸੱਚ ਬੋਲੀ ਫਿਰ ਮੈਂ ਸੱਚ ਬੋਲਿਆ ਪੁੱਤ ਸੱਚ ਮੈਂ ਤੈਨੂੰ ਆਏ ਨਹੀਂ ਸੀ ਕਿਹਾ ਵੀ ਤੂੰ ਰਿਸ਼ਤੇ ਬਾਰੇ ਕਹਿਦੀ ਮੈਂ ਤੈਨੂੰ ਕੰਮ ਕਾਰਵਾਈ 'ਤੇ ਗਿਆ ਸੀ ਵੀ ਤੂੰ ਸੱਚ ਬੋਲਦੀ ਵੀ ਹਾਂ ਮੈਂ ਕੰਮ ਜਾਣਦੀ ਹੈਗੀ ਉਹ ਜਦੋਂ ਮੇਰੀ ਧੀ ਝੂਠ ਬੋਲ ਹੀ ਨਹੀਂ ਸਕਦੀ ਮੇਰੀ ਧੀ ਬਹੁਤ ਸਿਆਣੀ ਹੈ ਇਹ ਹਮੇਸ਼ਾ ਹੀ ਸੱਚ ਬੋਲਦੀ ਹੈ ਤੇ ਸੱਚ ਬੋਲਦੀ ਰਹੂ ਨਾਲੇ ਬੀਬੀ ਜੀ ਵਿਆਹ ਤੋਂ ਬਾਅਦ ਪਤਾ ਲੱਗਦਾ ਫਿਰ ਆਪਣੀ ਬੇਇੱਜ਼ਤੀ ਹੁੰਦੀ ਨਾਲੇ ਇਹ ਕੋਈ ਰਿਸ਼ਤੇ ਵਾਲੀ ਸੀ ਭਲਾ ਲੈ ਮਾੜੀ ਜੀ ਸ਼ਗਨ ਦੀ ਗੱਲ ਦੱਸੀ ਸੀ ਬਾਪੂ ਜੀ ਇਹਨੇ ਛੱਡ ਕੇ ਬਾਗੀ ਹਾਂ ਇਹ ਦਹਾ ਵੀ ਨਹੀਂ ਹੈਗਾ ਬੀਬੀ ਉਹਨਾਂ ਨੂੰ ਵੀ ਰਿਸ਼ਤਾ ਚਾਹੀਦਾ ਨਹੀਂ ਆਪ ਹੀ ਮਨਾ ਕਰ ਗਏ ਹੋ ਇਹ ਲਾਉਣਗੇ ਪੂਰਾ ਆਪ ਕਿ ਮਨਾ ਕਰ ਗਏ ਹੋ ਤੂੰ ਕੁਛ ਦੱਸਿਆਗਾ ਉਹਨਾਂ ਨੂੰ ਤੇ ਫੇਰ ਹੀ ਅਗਲੇ ਮਨਾ ਕਰਕੇ ਗਏ ਨਾ ਇਹੋ ਜਿਹਾ ਘਰ ਨਹੀਂ ਸੀ ਕਿਤੇ ਮਿਲਦਾ ਇੰਨਾ ਪੜਿਆ ਲਿਖਿਆ ਮੁੰਡਾ ਸੀ ਐਡੇ ਵਧੀਆ ਘਰ ਸੀ ਉਹਨਾਂ ਦਾ ਹੈ ਉਹ ਐਡੇ ਵਧੀਆ ਘਰ ਵਧੀਆ ਸੀ ਕੋਈ ਗੱਲ ਨਹੀਂ ਫਿਰ ਇਹ ਵੀ ਨਹੀਂ ਵੀ ਉਹ ਜੇ ਬਾਬਾ ਅੱਗੇ ਤਾਂ ਮਤਲਬ ਹੋਰ ਰਿਸ਼ਤੇ ਨਹੀਂ ਹੋਣਾ ਇਹਦਾ ਗੱਲ ਨਹੀਂ ਮੈਂ ਹੋਰ ਵੀ ਵਿਚੋਲਾ ਲੱਭੂੰਗੀ ਉਹਦੇ ਨਾਲ ਵੀ ਗੱਲ ਕਰੂੰਗੀ ਪਰ ਸਾਦੀਆਂ ਮੇਰੀ ਜਗਪ੍ਰੀਤ ਨੂੰ ਠੀਕ ਹੈ ਨਾ ਉਹ ਪ੍ਰੀਤ ਹੀ ਕਰੂਗੀ ਤੁਹਾਨੂੰ ਸਿੱਧੇ ਆਏ ਨਹੀਂ ਤੁਸੀਂ ਲੋਟ ਆਉਂਦੇ ਮੇਥੋਂ ਬੀਬੀ ਮੈਂ ਕਿਹੜਾ ਤੁਹਾਨੂੰ ਜਵਾਬ ਦਿੱਤਾ ਵੀ ਮੈਂ ਰਿਸ਼ਤਾ ਨਹੀਂ ਕਰਾਉਂਦੀ ਤੁਸੀਂ ਨਾ ਹੋਰ ਕੋਈ ਵਿਚੋਲਾ ਦੇਖ ਲਓ ਕੋਈ ਹੋਰ ਮੁੰਡਾ ਨਾਲੇ ਆਹ ਗੱਲ ਤਾਂ ਮੈਂ ਹਰੇਕ ਕੋਲੇ ਮੈਨੂੰ ਦੱਸਣੀ ਪਿਆ ਕਰੂਗੀ ਮੇਰੀ ਗੱਲ ਸੁਣ ਲੈ ਉਹ ਹੁਣ ਉਹ ਵਿਚੋਲਾ ਅੱਧੇ ਪਿੰਡ ਕੋਲੇ ਦੱਸੂਗਾ ਫਿਰ ਤੇਰੀ ਜਿੱਤ ਬਣੂਗੀ ਕੋਈ ਫਿਰ ਨਹੀਂ ਤੇਰੀ ਬੇਇੱਜ਼ਤੀ ਹੋਊਗੀ ਉਹ ਬਾਅਦ 'ਚ ਵੀ ਬੇਇੱਜ਼ਤੀ ਹੁੰਦੀ ਜੇ ਇਹ ਨਾ ਦੱਸਦੀ ਤਾਂ ਮੇਰੀ ਧੀ ਨੇ ਮੈਂ ਕਹਿੰਦਾ ਮੇਰੀ ਇੱਜ਼ਤ ਰੱਖਤੀ ਅੱਛਾ ਹਾਂ ਹੁਣ ਤੂੰ ਚਾਹੁੰਦਾ ਨਹੀਂ ਕਿਤੇ ਵੀ ਇਹਦਾ ਵਿਆਹ ਹੋ ਜੇ ਹੈ ਤੂੰ ਚਾਹੁੰਦਾ ਨਹੀਂ ਬੀਬੀ ਤੁਸੀਂ ਗਲਤ ਸਮਝਦੇ ਹੋ ਸਾਡਾ ਮਤਲਬ ਇਹ ਨਹੀਂ ਹੈਗਾ ਹੁਣ ਇਹਦੇ ਵਿੱਚ ਆਪਣਾ ਕੀ ਕਸੂਰ ਹੈ ਮੈਂ ਤਾਂ ਤੁਹਾਨੂੰ ਹੁਣ ਵੀ ਕਹੀ ਜਾਂਦੀ ਹਾਂ ਤਾਏ ਜੀ ਮੈਂ ਤਾਂ ਹਰੇਕ ਮੁੰਡੇ ਨੂੰ ਸੱਚ ਦੱਸਿਆ ਕਰੂੰਗੀ ਆਪਣਾ ਫਰਜ਼ ਬਣਦਾ ਆਪਾਂ ਕਿਉਂ ਬਣਦਾ ਕੀ ਜੇ ਵਿਆਹ ਤੋਂ ਬਾਅਦ ਪਤਾ ਲੱਗਿਆ ਅਗਲਾ ਫੇਰ ਰਿਸ਼ਤਾ ਨਹੀਂ ਗਲਾਬੋ ਐਂ ਤਾਂ ਤੇਰਾ ਵਿਆਹ ਨਹੀਂ ਹੋਣਾ ਜੇ ਹਰੇਕ ਕੋਲ ਇਹੀ ਗੱਲ ਦੱਸੀ ਗਈ ਠੀਕ ਹੈ ਨਾ ਉਹਦਾ ਵੀ ਘਰ ਬਸ ਜੂਗਾ ਤੂੰ ਉਧਰ ਲਈ ਝਾਕ ਨਾ ਰੱਖ ਬਸ ਜਾਣ ਦੇ ਪ੍ਰੀਤ ਦਾ ਘਰ ਸਿਆਣਾ ਵਾਣਾ ਉਹ ਵੀ ਤੇਰੀ ਧੀ ਹੈ ਸ਼ਰਮ ਮੰਨ ਮਾੜੀ ਮੋਟੀ ਉਹ ਸ਼ਰਮ ਮੰਨਦੇ ਆ ਸ਼ਰਮ ਮੰਨਦੇ ਆ ਅਸੀਂ ਫਿਰ ਤੂੰ ਉਹਦਾ ਘਰ ਕਿਉਂ ਉਜਾੜਦਾ ਮੈਂ ਨਹੀਂ ਉਹਦਾ ਘਰ ਜਾੜਦਾ ਮੈਂ ਤਾਂ ਇਹਨੂੰ ਕਹਿੰਦਾ ਵੀ ਇਹ ਕਿਸੇ ਟਿਕਾਣੇ ਤੇ ਲੱਗ ਜੇ ਪਰ ਵਿਚਾਰੀ ਇਹ ਕਰਿਆ ਕੀ ਜਾਵੇ ਫਿਰ ਕਿਉਂ ਦੱਸਦੀ ਉਹਨਾਂ ਕੋਲੇ ਵੀ ਮੇਰਾ ਉੱਥੇ ਰਿਸ਼ਤਾ ਹੋਇਆ ਸੀ ਚਲ ਉਹਨਾਂ ਨੂੰ ਦੱਸਦਾ ਫਿਰ ਹੁਣ ਕੋਈ ਗੋਲੀ ਵੱਜ ਗਈ ਉਹ ਬਾਗਿਆ ਆਪਦੇ ਘਰੇ ਜਾਣ ਦੇ ਮੈਂ ਹੋਰ ਵਿਚੋਲਾ ਦੇਖਦੀ ਆ ਉਹਦੇ ਨਾਲ ਗੱਲ
सियानी गल की तू कम संभाल लिया धीए मेरी इज्जत रखती तो नाले मैनू यह भी भरोसा है भी वरिंदर दुगह वाला कम अपने आप संभाल लूगा तू फिक्र ना कर धीए ताया जी मैं थोड़ी इज्जत कितने रख दी मैं तो थोड़ी बेइज्जती करवाई है नाले हुण विचोला पता नहीं कितने कितने जाके दसू पर मेरी भी मजबूरी सी ताया जी पता की गल हुई हाँ कल वरिंदर ने मैनू बुलाया सी जदों थोड़े फोन ते फोन आया सी ना वरिंदर दा आया सी अच्छा। जो मैं थोनू कहा सी भी कंपनी वाले दा फोन है नाले मैं जुत्ती पवाउण नहीं गई सी मैं वरिंदर कोल ही गई सी ताया जी ठीक है पुत्ता जे मैं ना जांदी तां वरिंदर कहिंदा मैं इत्थे आ जाऊंगा मैं सोचा जे वरिंदर इत्थे आ जाऊगा फिर बीबी बहुत कुछ बोलूगी नाले मेरे ते इल्जाम लाऊगी मैं जदों गई तां वरिंदर ने मैनू यही गल कही सी भी गल तैं संभालनी है बापू जी उह तां हले वी इक्को ही गल दिहाड़िया होया है भी मैं तेरे नाले विआह करवाउणा है कुछ मर्जी हो जे उह तां मेरे नाले विआह करवा के हटू फिर ठीक है धीए तेरा विआह वरिंदर नाल ही होऊगा पुत्ता नाले उसने मैनू कहा सी उसने मैनू यह गल कही सी भी तू रिश्ता किसी हिसाब नाल तोड़ी भी तू ना रिश्ता तोड़े वह आप तोड़ के जाना बस ठीक तां करके ताया जी मैनू सच्चाई दसनी पई ना सच्चाई है पुत्त नाले सच्चाई लुकदी नहीं सच्चाई कितें लुकी है नाले इक ना एक दिन तो ताया जी पता लगना ही सी नाले मेरी गल सुनो मैं विआह तो करवा लैंदी इस मुंडे नाल आपदा मन मार के जे विआह तो बाद वरिंदर उत्थे भी आ जाता फिर ना पुत्त तेरा विआह वरिंदर नाल ही होना है तू ये कढ़ दे दिमाग चो तेरा विआह वरिंदर नाल ही हो इहनू चक्की फिरन दे टौर जे हुण होर भी कोई लैके आई ना इह विचोले विचोले नूं जां मुंडे नूं तां तू यही स्टैंड रखी मेरी धीए बोझ के पड़दे ना जवाब दिंदी रही चल मन ले मैं आपदा यही स्टैंड रखूंगी ताया जी ठीक है धीए पर विआह किवें हो सकदा साडा जे उधरों तलाक होऊगा विआह तां फेर ही हो नाले तुहानूं लगदा वी बीबी साडा विआह होण दे दूगी सौं लगे मैं तां दोए पासे फसी बैठी हाँ ना तो मैं बीबी की गल मन के विआह करवा सकती हाँ तो ना वरिंदर की गल मन के रिश्तिया जवाब दे सकती हाँ जे रिश्तिया जवाब देनी है तो थोड़ी बेइज्जती होंगी है हुण तुसीं इह दसो मैं की करा बाली काल अंगारी है धीए की किया जाए नाले तू ऐ कर हुण पुत्त वरिंदर नूं फोन कर दे भी मेरा रिश्ता इधरों टुट गया मेरा हजे तक फोन भी नहीं आया मैनू टेंशन हो रही है वो कितने बेबी ने विआह भी ना करता हो गुलाबो का फोन भी आई गया हैलो हैलो वरिंदर हाँ जी मैं गुलाबो बोल दी हाँ हाँ जी आ गई सी आवाज पहचान मैनू मैं तोड़ता रिश्ता सच्ची हाँ। चलो शुक्र है मैनू तो आप टेंशन हो रही थी मैनू ऐसी मैं फोन करा तो करा कि बापू जी जाके दसदा हूं ठीक है ओके ध्यान रखियो ठीक है अपना चंगा ले ये भी वधिया होया